ਸਾਡੇ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਮੇਘਜਾ ਸ਼ੇਰਮਾਜਰਾ ਜੀ ਨੂੰ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਔਰ ਮੇਘ ਜੀ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਅਸੀਂ ਇਕੱਠਾ ਕੰਮ ਵੀ ਕੀਤਾ ਅਸੀਂ ਕਈ ਸਾਲ ਜਿਹੜੇ ਲਗਾਤਾਰ ਇਕੱਠੇ ਜੁਆਇੰਟਲੀ ਕੰਮ ਕੀਤਾ 2017 ਦੇ ਵਿੱਚ 15 ਦੇ ਵਿੱਚ ਸਾਡੀ ਡਿਊਟੀ ਘਨੌਰ ਰਾਜਪੁਰਾ ਡੇਰਾਬਸੀ ਲੱਗੀ ਹੋਈ ਸੀ ਅਸੀਂ ਇਕੱਠੇ ਕੰਮ ਕੀਤਾ ਸੋ ਜਜ਼ਬਾ ਇਹਨਾਂ 'ਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੰਪਰੂਵਮੈਂਟ ਟਰੱਸਟ ਦੇ ਵਿੱਚ ਚੰਗਾ ਕਰਨਗੇ ਸੋ ਮਾਨ ਸਾਹਿਬ ਨੇ ਭਰੋਸਾ ਪ੍ਰਗਟਾਇਆ ਰਾਘਵ ਜੀ ਨੇ ਭਰੋਸਾ ਪ੍ਰਗਟਾਇਆ ਸੰਦੀਪ ਪਾਠਕ ਜੀ ਨੇ ਭਰੋਸਾ ਪ੍ਰਗਟਾਇਆ ਸੋ ਉਹਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਚੰਗਾ ਕਰਨਗੇ ਮੇਘਜਾ ਸ਼ੇਰਮਲ ਜੀ ਮੰਤਰੀ ਸਾਹਿਬ ਕਪਲੇ ਬੜੇ ਹੋਏ ਨੇ ਪਿਛਲੀ ਸਰਕਾਰ ਵੇਲੇ ਜਿਹੜੇ ਚੇਅਰਮੈਨ ਰਹੇ ਨੇ ਬਹੁਤ ਕਪਲੇ ਕੀਤੇ ਨੇ ਇਹਨਾਂ ਨੂੰ ਵੀ ਪਤਾ ਕਿ ਉਹ ਫਾਈਲਾਂ ਖੁੱਲਣਗੀਆਂ ਕਿ ਨਹੀਂ ਖੁੱਲਣਗੀਆਂ ਜਿਹਨੇ ਕਪਲੇ ਕਰੇ ਨੇ ਜੇ ਤੁਹਾਡੇ ਚੋਂ ਵੀ ਕਿਸੇ ਨੇ ਕਰਿਆ ਉਹ ਵੀ ਨਹੀਂ ਬਚਣਾ ਸਾਰੇ ਦੇਖੋ ਇਕੱਲਾ ਇਕੱਲਾ ਕਰਕੇ ਮੰਤਰੀ ਵੀ ਜਾ ਰਹੇ ਨੇ ਹੋਰ ਵੀ ਜੇ ਕੋਈ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਅਸੀਂ ਪੰਜਾਬ ਸਰਕਾਰ ਇਮਾਨਦਾਰੀ ਨਾਲ ਜਿਹੜੀ ਚਲਾਉਣਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੁਹਾਡੀ ਜ਼ਿੰਮੇਵਾਰੀ 'ਤੇ ਅਸੀਂ ਪੂਰਾ ਇਮਾਨਦਾਰੀ ਨਾਲ ਕੰਮ ਕਰਾਂਗੇ ਕਿਉਂਕਿ ਤੁਹਾਡੇ ਟੈਕਸਾਂ ਦਾ ਇੱਕ ਇੱਕ ਰੁਪਈਆ ਜਿਹੜਾ ਤੁਸੀਂ ਟੈਕਸ ਭਰਦੇ ਹੋ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਸਾਰਾ ਕੁਛ ਚੱਲ ਰਿਹਾ ਜੀ ਕੱਲੀ ਇੱਕ ਕੀ ਹੋਰ ਬਥੇਰੀਆਂ ਜਾਂਚਾਂ ਚੱਲਣਗੀਆਂ ਉਹਨਾਂ ਦੇ ਰਿਜ਼ਲਟ ਵੀ ਆਉਣਗੇ ਖਾਲੀ ਕਾਗਜ਼ਾਂ 'ਚ ਨਹੀਂ ਉਹਨਾਂ ਨੇ ਪਏ ਰਹਿਣਾ ਸੋ ਸਮਾਂ ਦੇਖੋ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਦੇ ਜਿਹੜੇ ਪਾਜ ਨੇ ਉਧੇੜੇ ਜਾਣਗੇ ਮੰਤਰੀ ਸਾਹਿਬ ਪਰਾਲੀ ਦਾ ਮੁੱਦਾ ਮੇਨ ਮੁੱਦਾ ਸੀਗਾ ਜਿਹੜਾ ਅੱਜ ਗੱਲ ਕਰੀਏ ਭਗਵੰਤ ਮਾਨ ਸਾਹਿਬ ਦੀ ਖੁਦ ਜਿਹੜੀ ਜ਼ਮੀਨ ਆ ਜੱਦੀ ਜ਼ਮੀਨ ਆ ਉੱਥੇ ਵੀ ਅੱਗ ਲਗਾਈ ਗਈ ਆ ਉਸ ਮੁੱਦੇ ਨੂੰ ਕਿਵੇਂ ਦੇਖਦੇ ਅੱਜ ਦਾ ਜਿਹੜਾ ਮੇਨ ਹੈ ਉਹ ਸਾਡੇ ਮੇਘਚੰਦ ਸ਼ੇਰਮਾਜਰਾ ਜੀ ਕੁਰਸੀ 'ਤੇ ਬੈਠੇ ਨੇ ਸੋ ਇਹਨਾਂ ਦੇ ਸੰਬੰਧਿਤ ਹੀ ਹੈ ਸੋ ਇਹਨਾਂ 'ਤੇ ਅੱਜ ਜਿਹੜਾ ਹੈਗਾ ਫੋਕਸ ਰਹੂਗਾ ਸੋ ਮੇਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਮੰਤਰੀ ਸਾਹਿਬ ਇੱਕ ਮੰਤਰੀ ਸਾਹਿਬ ਤੁਹਾਡਾ ਨਾਮ ਲੈ ਕੇ ਕੁਝ ਲੋਕ ਸ਼ਹਿਰ ਦੇ ਵਿੱਚ ਲੋਕਾਂ ਨੂੰ ਤੰਗ ਕਰਦੇ ਆ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਦੇ ਕੋਈ ਤੁਹਾਡੇ ਕੋਲ ਸ਼ਾਇਦ ਨੌਲੇਜ ਆਇਆ ਹੋਵੇ ਇਤਨਾ ਮਿਲਣ ਆਇਆ ਤੁਹਾਡੇ ਕੋਲ ਮੇਰੇ ਈਵਨ ਦੈਨ ਕਿ ਮੇਰੇ OSD ਜਾਂ PA ਨੇ ਉਹ ਵੀ ਇੱਦਾਂ ਦਾ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰਦੇ ਦੂਜਾ ਕੋਈ ਆਪਦੇ ਤੌਰ 'ਤੇ ਕੋਈ ਕਰਦਾ ਦੇਖੋ ਹਰ ਇੱਕ ਦਾ ਆਪੋ ਆਪਦਾ ਹੋਇਆ ਵੈਸੇ ਮੈਂ ਕਿਸੇ ਨੂੰ ਇੱਦਾਂ ਦੀ ਕੋਈ ਛੂਟ ਨਹੀਂ ਦਿੱਤੀ ਹੋਈ ਕਿ ਉਹ ਜਾ ਕੇ ਕਿਸੇ ਨੂੰ ਤੰਗ ਪਰੇਸ਼ਾਨ ਕਰੇ ਸੋ ਮੈਂ ਤਾਂ ਆਪ ਵੀ ਕੋਸ਼ਿਸ਼ ਕਰਦਾ ਵੀ ਕੋਈ ਸਮਾਨ ਲੈਣਾ ਮੈਂ ਆਪ ਲਵਾਂ ਆਪ ਪੈਸੇ ਦਵਾਂ ਤਾਂ ਕਿ ਮੇਰੇ ਨਾਲ ਕੋਈ ਲੱਗੇ ਕੰਮ ਨਾ ਕਰੇ ਦਾ ਉਦਘਾਟਨ ਕੀਤਾ ਸੀਗਾ ਕਿ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਅੱਗੇ ਕਾਰਵਾਈ ਹੋਊਗੀ ਦੇਖੋ ਅਸੀਂ ਇਕੱਲਾ ਸਮਾਣਾ ਨਹੀਂ ਹੋਰ ਵੀ ਬਹੁਤ ਕੁਛ ਕਰਾਂਗੇ ਬਸ ਥੋੜ੍ਹਾ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਹੁਣ ਜਿਵੇਂ ਤੁਹਾਨੂੰ ਪਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਪਿੱਠ ਥਪਥਪਾਈ ਆ ਕਿ ਜਿਹੜੇ  100 ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਖੋਲ੍ਹੇ ਗਏ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਉਹਨਾਂ ਨੂੰ ਕੇਂਦਰ ਸਰਕਾਰ ਨੇ ਸਰਾਹਿਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਕੰਮ ਕਰ ਰਹੀ ਹੈ ਸੋ ਉਸ ਨੂੰ ਐਪਰੀਸ਼ੀਏਟ ਕੀਤਾ ਕੇਂਦਰ ਸਰਕਾਰ ਨੇ ਇੱਕ ਬਾਕਾਇਦਾ ਟੀਮ ਆ ਕੇ ਉਹਦੇ ਵਿਜ਼ਿਟ ਕਰਕੇ ਸਾਰਾ ਦੇਖ ਕੇ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸੇ ਤਰ੍ਹਾਂ 'ਤੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਆਮ ਆਦਮੀ ਕਲੀਨਿਕ ਆ ਜਿਹੜੇ